मेरा नाम मनदीप इंसा है, ब्लाक सुनाम जिला संगरूर तो हाँ। की प्रोग्राम हैगा है, पूरा गहमा गहमी साध संगत जड़ी हैगी है, नच टप रही है, की हैगा प्रोग्राम, इहदे बारे पूरी जानकारी दिओ। अज जिस तरह तुसी सारे जानते हो गुरु पूर्णिमा दिवस ते साडे गुरु जी दे तौर ते सानू असी गुरु जी नू वधाई दे लई इत्थे असी इकट्ठे होए आ। ਅਤੇ ਸਾਡੇ ਪੂਜਨੇ ਗੁਰੂ ਜੀ ਜੋ ਨਾਮ ਦੀ ਅਨਮੋਲ ਦਾਤ ਹੈ ਜੋ ਜੀਵਾਂ ਨੂੰ ਅੱਜ ਦੇਣਗੇ ਅਤੇ ਆਪਣੇ ਬਚਨਾਂ ਨਾਲ ਸਾਰੀ ਸਾਧ ਸੰਗਤ ਨੂੰ ਇੱਥੇ ਨਿਹਾਲ ਕਰਨਗੇ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੰਨੀ ਸਾਧ ਸੰਗਤ ਸਤਿਗੁਰ ਦੇ ਨਾਲ ਜੁੜੀ ਹੈ ਤੇ ਜੁੜੀ ਰਹੂਗੀ। ਕਦੋਂ ਤੋਂ ਪਿਤਾ ਜੀ ਹੁਣ ਜਿਹੜੇ ਹੈਗੇ ਨੇ ਉਹ ਕਿੱਥੇ ਨੇ, ਬਾਬਾ ਜੀ ਕਿੱਥੇ ਨੇ, ਹੁਣ ਕਿੱਥੇ ਤੋਂ ਲਾਈਵ ਦਾ ਸਾਨੂੰ ਪਤਾ ਲੱਗਿਆ, ਲਾਈਵ ਦਾ ਵੀ ਪ੍ਰੋਗਰਾਮ ਹੈਗਾ, ਪ੍ਰਵਚਨ ਕਰਨਗੇ, ਉਹਦੇ ਬਾਰੇ ਵੀ। ਲਾਈਵ ਇਸ ਤਰ੍ਹਾਂ ਕਿ ਜਿਵੇਂ ਸਾਡੇ ਗੁਰੂ ਜੀ ਸੁਨਾਰੀਆ ਧਾਮ ਦੇ ਵਿੱਚ ਸੀ ਤੇ ਹੁਣ ਉਹ ਯੂਪੀ ਬਰਨਾਵਾ ਦਾ ਸਾਡਾ ਉੱਥੇ ਡੇਰਾ ਬਣਿਆ ਹੋਇਆ ਹੈ, ਉੱਥੇ ਸਾਡੇ ਗੁਰੂ ਜੀ ਲਾਈਵ ਕਰਕੇ ਅੱਜ 211 ਜਗ੍ਹਾ ਤੇ ਇਹ ਲਾਈਵ ਚੱਲ ਰਿਹਾ ਹੈ। ਸਾਰੀ ਸਾਧ ਸੰਗਤ ਆਪਣੇ ਆਪਣੇ ਜ਼ਿਲ੍ਹੇ ਦੇ ਨਾਮ ਚਰਚਾ ਘਰਾਂ ਦੇ ਵਿੱਚ ਜੋ ਹੈ ਪੂਜਨੇ ਗੁਰੂ ਜੀ ਦੇ ਬਚਨ ਸੁਣ ਰਹੀ ਹੈ ਅਤੇ ਗੁਰੂ ਜੀ ਨੇ ਅੱਜ ਸਾਡਾ ਸੰਗਰੂਰ ਜ਼ਿਲ੍ਹਾ ਚੁਣਿਆ ਹੈ ਜਿਹਦੇ ਵਿੱਚ ਪੂਰੇ ਪੰਜਾਬ ਦੀ ਸਾਧ ਸੰਗਤ ਇਕੱਠੀ ਹੋ ਕੇ ਨਾਮਦਾਨ ਦੀ ਦਾਤ ਪ੍ਰਾਪਤ ਕਰੇਗੀ। ਮੇਰਾ ਨਾਮ ਕਮਲਜੀਤ ਇੰਸਾ। ਕੀ ਹੈਗਾ ਮਤਲਬ ਤੁਸੀਂ ਸਾਧ ਸੰਗਤ ਦਾ ਇੰਨਾ ਉਤਸ਼ਾਹ, ਜੋ ਬਾਬਾ ਜੀ ਤੁਹਾਨੂੰ ਕੀ ਸੰਦੇਸ਼ ਦੇ ਰਹੇ ਨੇ, ਕਿਵੇਂ ਸਾਧ ਸੰਗਤ ਉਸ ਤੇ ਅਮਲ ਕਰ ਰਹੀ ਹੈ? ਸਾਨੂੰ ਇੱਥੋਂ ਬਹੁਤ ਕੁਝ ਮਿਲਿਆ ਹੈ, ਹਰ ਸਿੱਖਿਆ ਇੱਥੋਂ ਤੋਂ ਮਿਲੀ ਹੈ। ਜਿਵੇਂ ਕਿ ਸਾਡੇ ਬੱਚੇ ਸੀ ਅੱਜ ਕੱਲ੍ਹ ਨਸ਼ਿਆਂ 'ਚ ਜੁੜ ਰਹੇ ਨੇ, ਪਰ ਇੱਥੇ ਆ ਕੇ ਸਾਡੇ ਬੱਚਿਆਂ ਨੂੰ ਇੰਨਾ ਗਿਆਨ ਮਿਲ ਰਿਹਾ ਅਸੀਂ ਦੱਸ ਨਹੀਂ ਸਕਦੇ। ਸਾਡੇ ਵਾਸਤੇ ਇੱਥੇ ਵਿਆਹ ਨਾਲੋਂ ਵੱਧ ਕੇ ਖੁਸ਼ੀ ਸਾਡੇ ਵਾਸਤੇ ਇੱਥੇ ਆਉਣ ਤੇ ਹੁੰਦੀ ਹੈ। ਜੇ ਸਾਨੂੰ ਇੱਕ ਪਾਸੇ ਚੋਣ ਕਰਨੀ ਪਵੇ, ਤੁਸੀਂ ਵਿਆਹ 'ਚ ਜਾਓਗੇ ਤਾਂ ਅਸੀਂ ਇਹ ਚੋਣ ਕਰਾਂਗੇ ਵੀ ਅਸੀਂ ਇੱਥੇ ਸਰਸੇ ਡੇਰੇ ਦੇ ਵਿੱਚ ਆਵਾਂਗੇ। ਇਹਦੇ ਵਾਸਤੇ ਜੇ ਸਾਨੂੰ ਮੇਰੇ ਬੇਟੇ ਦੀ ਵੀ ਸ਼ਾਦੀ ਛੱਡਣੀ ਪਵੇ ਤਾਂ ਮੈਂ ਉਹ ਵੀ ਛੱਡ ਦਾਂਗੀ, ਕਿਉਂਕਿ ਜੋ ਸਤਿਗੁਰ ਤੋਂ ਮਿਲਿਆ ਉਹ ਅਸੀਂ ਬਿਆਨ ਨਹੀਂ ਕਰ ਸਕਦੇ, ਉਸ ਮਾਲਕ ਨੇ ਹੀ ਸਾਨੂੰ ਸਭ ਕੁਝ ਦਿੱਤਾ ਹੈ। ਕਿਉਂਕਿ ਮਾਸਿਆਂ ਦਾ ਹੋਰ ਵੀ ਬਹੁਤ ਜ਼ਿਆਦਾ ਬੋਲਬਾਲਾ ਹੈਗਾ, ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ? ਆਮ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਸਾਰੇ ਲੋਕ ਇੱਥੇ ਆ ਕੇ ਨਾਮ ਲੈਣ ਗੁਰੂ ਜੀ ਤੋਂ ਤੇ ਉਹਨਾਂ ਦੀ ਚੱਲੇ ਹੋਏ ਕਦਮ ਤੇ ਚੱਲਣ ਤੇ ਉਹਦੇ ਨਾਲ ਉਹ ਨਸ਼ਾ ਛੱਡ ਸਕਣੇ, ਜੇ ਉਹਨਾਂ ਤੋਂ ਨਾਮ ਲੈਣਗੇ ਤੇ ਨਸ਼ਾ ਛੱਡ ਸਕਦੇ ਨੇ। ਕੀ ਨਾਮ ਹੈ ਜੀ ਭਾਈ ਜੀ? ਅਜੀ ਮੈਂ 15ਵਾਂ ਮੈਂਬਰ ਗੁਰਜੰਟ ਸਿੰਘ ਬਲਾਕ ਸੁਨਾਮ। ਕੀ ਪ੍ਰੋਗਰਾਮ ਹੈ ਜੀ ਇਹ ਜਿਹੜਾ ਅੱਜ ਅਸੀਂ ਦੇਖ ਰਹੇ ਹਾਂ? ਇਹ ਸਾਡੇ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਈ ਦੀ ਆਵਾਗਮਨ ਦੀ ਖੁਸ਼ੀ ਵਿੱਚ 5 ਸਾਲ ਬਾਅਦ ਸਾਡੇ ਵਿਚਕਾਰ ਆਏ ਨੇ, ਉਹਦੀ ਖੁਸ਼ੀ ਵਿੱਚ ਅੱਜ ਗੁਰੂ ਜੀ ਸਾਡੇ ਵਿੱਚ ਲਾਈਵ ਹੋ ਰਹੇ ਨੇ ਪੂਰੇ ਵਰਲਡ ਦੇ ਵਿੱਚ ਜੀ। ਇਹ ਉਹਦੀ ਖੁਸ਼ੀ ਦੇ ਵਿੱਚ ਜੋ ਲਾਈਵ ਹੋ ਕੇ ਸਤਸੰਗ ਕਰਨਗੇ ਅਤੇ ਨਾਮ ਦੇ ਪ੍ਰੋਗਰਾਮ ਰੱਖੇ ਨੇ ਅਲੱਗ ਅਲੱਗ ਜਗ੍ਹਾ ਦੀ, ਜਿਵੇਂ ਕੋਈ ਆਪਣੇ ਸੰਗਰੂਰ ਵਿੱਚ ਰੱਖਿਆ ਜੀ ਪੂਰੇ ਪੰਜਾਬ ਦਾ, ਉਹਦੀ ਖੁਸ਼ੀ ਮਨਾਈ ਜਾ ਰਹੀ ਹੈ ਜੀ ਗੁਰੂ ਜੀ ਦੇ ਆਵਾਗਮਨ ਦੀ। ਗੁਰੂ ਪੂਰਨਿਮਾ ਵੀ ਹੈਗਾ, ਉਹਦੇ ਸੰਬੰਧ ਵਿੱਚ ਵੀ ਕੋਈ ਹੈਗਾ? ਗੁਰੂ ਪੂਰਨਿਮਾ ਦੇ ਵਿੱਚ ਦਿਨ ਗੁਰੂ ਜੀ ਸਾਡੇ ਵਿਚਕਾਰ ਨੇ, ਸਭ ਤੋਂ ਵੱਧ ਤਾਂ ਖੁਸ਼ੀ ਸਾਨੂੰ ਇਹੀ ਹੈ ਜੀ ਅੱਜ 5 ਸਾਲ ਬਾਅਦ ਸਾਡੇ ਵਿੱਚ ਸਾਡੇ ਗੁਰੂ ਜੀ ਆਏ ਨੇ ਤੇ ਉਹਦੇ ਸੰਬੰਧ ਵਿੱਚ ਸਾਧ ਸੰਗਤ ਅਲੱਗ ਅਲੱਗ ਤਰ੍ਹਾਂ ਨਾਲ ਆਪਣੀ ਖੁਸ਼ੀ ਮਨਾ ਰਹੀ ਹੈ। ਸਾਨੂੰ ਉਮੀਦ ਆ 139 ਮਾਨਵਤਾ ਭਲਾਈ ਦੇ ਕੰਮ ਸਾਡੇ ਪਹਿਲਾਂ ਚੱਲ ਰਹੇ ਨੇ ਵੀ ਅੱਜ ਗੁਰੂ ਜੀ ਸਾਨੂੰ ਕੋਈ ਨਵਾਂ ਕੰਮ ਹੋਰ ਸੌਂਪਣਗੇ ਜੋ ਅਸੀਂ ਸਾਧ ਸੰਗਤ ਵੱਧ ਚੜ ਕੇ ਉਤਸ਼ਾਹ ਨਾਲ ਕਰਨ ਲਈ ਤਿਆਰ ਬੈਠੀ ਹੈ। ਕੀ ਹੈ ਜੀ ਇਹ 139 ਮਾਨਵਤਾ ਭਲਾਈ ਦੇ ਕਾਰਜ ਕਿਸ ਤਰ੍ਹਾਂ ਦੇ ਨੇ? ਜਿਵੇਂ ਕਿਸੇ ਵਿਧਵਾ ਔਰਤ ਦਾ ਮਕਾਨ ਬਣਾ ਕੇ ਦੇਣਾ, ਕਿਸੇ ਮੰਦ ਬੁੱਧੀ ਨੂੰ ਉਹਦੇ ਪਰਿਵਾਰ ਨਾਲ ਸੋਚਣਾ, ਅਲੱਗ ਅਲੱਗ ਤਿੰਨ ਕਿਸੇ ਦਾ ਵਿਆਹ ਕਰਵਾਉਣਾ ਜੀ ਗਰੀਬ ਬੱਚੀ ਦਾ, ਅਲੱਗ ਅਲੱਗ ਇਸ ਤਰ੍ਹਾਂ ਦੀਆਂ ਨਿਮਾਨਤਾ ਭਲਾਈ ਦੇ ਕੰਮ ਨੇ ਬਾਈ ਜੀ। ਬੜਾ ਅੱਜ ਸਜਾਵਟ ਕੀਤੀ ਗਈ ਆ ਨਾਮ ਚਰਚਾ ਘਰ ਦੇ ਵਿੱਚ, ਸਾਧ ਸੰਗਤ ਵੀ ਅਸੀਂ ਦੇਖ ਰਹੇ ਹਾਂ ਵੀ ਪੂਰਾ ਜਿਹੜਾ ਉਹਨਾਂ ਦੇ ਉਤਸ਼ਾਹ ਕਿਸ ਤਰ੍ਹਾਂ ਦਾ ਦੇਖ ਰਹੇ ਹੋ? ਸਾਧ ਸੰਗਤ ਦੇ ਵਿੱਚ ਉਸਤਾਦ ਆ ਬਾਈ, ਜਿਹੜਾ ਇੰਨੀ ਖੁਸ਼ੀ ਆ ਕਿ ਕਿਸੇ ਦਾ ਪੈਰ ਧਰਤੀ ਤੇ ਬਿਲਕੁਲ ਲੱਗ ਹੀ ਨਹੀਂ ਰਿਹਾ, ਇੰਨਾ ਉਤਸ਼ਾਹ ਗੁਰੂ ਜੀ ਨੂੰ ਦੇ ਮਿਲਣ ਦੇ ਲਈ, ਗੁਰੂ ਜੀ ਨੇ ਜਿਹੜਾ ਲਾਈਵ ਪ੍ਰੋਗਰਾਮ ਦੇਖਣ ਲਈ ਸਾਧ ਸੰਗਤ ਵਿੱਚ ਇੰਨੀ ਤਾਊ ਹੋ ਰਹੀ ਆ ਜੀ, ਵੇਟ ਕਰ ਰਹੀ ਆ ਕਿ ਪਿਤਾ ਜੀ ਕਦੋਂ ਆਉਣ, 4 ਵਜੇ ਦਾ ਟਾਈਮ ਸੀ, ਹੁਣ ਦੇਖੋ 7 ਵਜ ਚੁੱਕੇ ਨੇ, ਹਾਲ ਵੀ ਸਾਧ ਸੰਗਤ ਆ ਜਿਹੜੀ ਵੇਟ ਕਰ ਰਹੀ ਆ ਪਿਤਾ ਜੀ ਦਾ, ਉਸ ਹਿਸਾਬ ਨਾਲ ਖੁਸ਼ੀ ਮਨਾ ਰਹੀ ਆ ਆਪਣੀ ਅਲੱਗ ਅਲੱਗ, ਕਿਸੇ ਨੂੰ ਕੋਈ ਹੋਰ ਨਹੀਂ ਜੀ, ਚਾਹੇ 12 ਵਜ ਜਾਂ 2 ਵਜ ਜਾਂ, ਸਾਧ ਸੰਗਤ ਇਸੇ ਤਰੀਕੇ ਨਾਲ ਆਪਣੀ ਖੁਸ਼ੀ ਮਨਾਉਂਦੀ ਰਹੂਗੀ। ਕੀ ਨਾਮ ਹੈ ਜੀ ਭਾਈ ਜੀ? ਰਾਮ ਰਾਮ ਸਭ ਨੂੰ ਤੇਰੀ, ਅੱਜ ਸੁਵਿੰਦਰ ਮੰਗੀ ਹੈ ਜੀ 15 ਮੈਂਬਰ ਸਡਾਮ ਬਲਾਕ ਦੇ। ਕੀ ਜਿਹੜਾ ਮਤਲਬ ਹੁਣ ਤੁਸੀਂ ਆਮ ਲੋਕਾਂ ਨੂੰ ਜਾਂ ਮਤਲਬ ਬਾਬਾ ਜੀ ਦੇ ਜਿਹੜੇ ਉਦੇਸ਼ ਨੇ, ਕਿਸ ਤਰ੍ਹਾਂ ਉਹਨਾਂ ਤੇ ਸਾਧ ਸੰਗਤ ਕੰਮ ਕਰ ਰਹੀ ਹੈ? ਅਸੀਂ ਜਿਵੇਂ ਜਿਹੜੇ ਜੀ ਨੇ ਕਿਹਾ ਵੀ ਸਾਰੇ ਬੱਚਿਆਂ ਨੂੰ, ਜਿਵੇਂ ਪਹਿਲਾਂ 5 ਸਾਲ ਤੋਂ ਉੱਪਰ ਬੱਚੇ ਨੂੰ ਨਾਮ ਦਿੰਦੇ ਸੀ ਤੇ ਹੁਣ 2.5 ਸਾਲ ਤੱਕ ਦੇ ਬੱਚਿਆਂ ਤੱਕ ਕਿਹਾ ਪਿਤਾ ਜੀ ਨੇ ਵੀ ਨਾਮ ਦਵਾਣਾ ਹੈ, ਅਸੀਂ ਨਾਮ ਤੇ ਨਾਮ ਦਵਾਉਣ ਲਈ ਪਿਤਾ ਜੀ ਨੇ ਕਿਹਾ, ਉਹਦਾ ਸਾਡਾ ਸੰਗਰੂਰ ਦੇ ਵਿੱਚ ਚੱਲ ਰਿਹਾ ਹੈ, ਸਾਰੇ ਪੰਜਾਬ ਆ ਜਿਹੜਾ ਸੰਗਰੂਰ ਨਾਮ ਚਰਚਾ ਘਰ ਦੇ ਵਿੱਚ ਨਾਮ ਦੇਣਗੇ ਪਿਤਾ ਜੀ, ਜੋ ਜਿੰਨੇ ਵੀ ਬਲਾਕ ਨੇ ਪੰਜਾਬ ਦੇ ਜਾਂ ਆਲ ਬਲਾਕ ਨੇ ਸਾਰੇ ਟੋਟਲੀ ਅੱਜ ਪਿਤਾ ਜੀ ਲਾਇਵ ਹੋਣਗੇ, ਜੋ ਵੀ ਵਚਨ ਪਲਾਸ ਕਰਨਗੇ ਤਾਂ ਸੰਗਤ ਝੋਲੀ ਪਾਉਣ ਲਈ ਤਿਆਰ ਹੈ ਜੀ। ਜੋ ਨਾਮ ਸ਼ਬਦ ਲੈਣ ਤੋਂ ਬਾਅਦ ਕੀ ਜਿਹੜਾ ਹੈਗਾ ਬਦਲਵਾ ਕੀ ਆਉਂਦਾ ਲੋਕਾਂ ਦੇ ਵਿੱਚ, ਉਹਦੇ ਬਾਰੇ ਵੀ ਜਾਣਕਾਰੀ? ਨਾਮ ਸ਼ਬਦ ਲੈਣ ਤੋਂ ਬਾਅਦ ਜੀ, ਜਿਵੇਂ ਹੁਣ ਨਸ਼ਾ ਚੱਲ ਰਿਹਾ ਬਹੁਤ ਜ਼ਿਆਦਾ,
पिता जी का ख्याल है भी नशे के पिछे जो जवान ने ग्रस्त हो जाते हैं इन्हों बचाने के लिए पिता जी का जो फोकस है वो यही है भी वध तो वध नाम नाल जोड़ा जाए जो कि जो बच्चे हुण दूजे पासे जाई जांदे ने नशे वाले पासे इस तो कढ़िया जाए ये सेंस जी का बहुत वड्डा कदम है जी। सो असी मालक दे यही अरदास करते हैं चरणा च भी सतगुरु इदा ही साढ़े ते बनाई रखन असी खुशियां मनाते रहिए। धन धन खिलाफ उन्होंने समय समय से रूहानी फकीर ने आवाज उठाई है। गुरु नानक देव जी ने देखो उस समय इस्त्री जाति की बड़ी दुर्दशा सी लड़कियां नूं मारिया जा रहा सी तां उन्हां ने सारा नारा मारिया और ये ओह दिता सुन के मंदा आखिए जित जमे राजान। प्यारी सत्संग जीओ जो भी लोग लाइव देख रहे हैं सुन रहे हैं सबको गुरु पूर्णिमा की बहुत बहुत बधाई हो बहुत बहुत आशीर्वाद। गुरु शब्द अपने आप में बहुत बड़ा शब्द गु का मतलब अंधकार होता है और रू का मतलब प्रकाश। जो अज्ञानता रूपी अंधकार में ज्ञान का दीपक जला दे और बदले में किसी से कुछ ना ले वही सच्चा गुरु होता है। गुरु की जरूरत हमेशा से थी है और हमेशा रहेगी। खास करके रूहानियत सूफियत आत्मा परमात्मा की यहां चर्चा होती है